Students welcome again our today's topic is related to internet. first of all we will discuss what is internet meaning of uh, internet computer network is a group of computers linked together so that they can share information and resources on computer network what you you A group of computers linked they ਜਿਨ੍ਹਾਂ ਨਾਲ ਜਿਹੜੀ ਕਿਸੇ ਵੀ ਤਰ੍ਹਾਂ ਜਿਹੜੀ ਇਨਫੋਰਮੇਸ਼ਨਾਂ ਤੇ ਜਿਹੜੇ ਰਿਸੋਰਸਸ ਨੂੰ ਸ਼ੇਅਰ ਕੀਤੇ ਜਾਂਦੇ ਨੇ ਇੰਟਰਨੈਟ ਇਜ਼ ਨੈਟਵਰਕ ਆਫ ਨੈਟਵਰਕਸ ਹੁਣ ਇੰਟਰਨੈਟ ਕੀ ਹੈ ਇਹ ਨੈਟਵਰਕ ਕੀਦਾ ਹੈ ਨੈਟਵਰਕਾਂ ਦਾ ਨੈਟਵਰਕ ਹੈ ਇਟ ਕੈਨ ਆਲਸੋ ਬੀ ਡਿਸਕ੍ਰਾਈਬਡ ਐਸ ਇਨਫੋਰਮੇਸ਼ਨ ਹਾਈਵੇ ਇਟ ਇਜ਼ ਦਾ ਵਰਲਡਸ ਲਾਰਜੈਸਟ ਨੈਟਵਰਕ ਆਫ ਕੰਪਿਊਟਰਸ ਹੁਣ ਇੰਟਰਨੈਟ ਕੀ ਹੈ ਵਰਲਡ ਦਾ ਲਾਰਜੈਸਟ ਨੈਟਵਰਕ ਹੈ ਕੰਪਿਊਟਰਸ ਦਾ ਕਿਉਂਕਿ ਇਹ ਨਾਲ ਬਹੁਤ ਸਾਰੇ ਪੂਰੇ ਵਰਲਡ ਦੇ ਵਿੱਚ ਜਿੱਥੋਂ ਅਸੀਂ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਤਾਂ ਇੰਟਰਨੈਟ ਦੇ ਜ਼ਰੀਏ ਅਸੀਂ ਕਰ ਸਕਦੇ ਹਾਂ ਦਾ ਨੈਟਵਰਕਸ ਆਰ ਰਿਲੇਟਡ ਟੂ ਅਕੈਡੈਮਿਕਸ ਰਿਸਰਚ ਗਵਰਨਮੈਂਟ ਐਂਡ ਇਨਕਲੂਡ ਯੂਜ਼ਰਸ ਆਫ 올 ਟਾਈਪ ਆਫ ਪ੍ਰੋਫਾਈਲਸ ਸਾਰੇ ਲੋਕ ਹੀ ਦੇਖੋ ਨੂੰ ਯੂਜ਼ ਕਰ ਰਹੇ ਨੇ ਭਾਵੇਂ ਅਸੀਂ ਅਕੈਡੈਮਿਕ ਦਾ ਖੇਤਰ ਦੀ ਗੱਲ ਕਰਦੀ ਹੈ ਮੀਨਸ ਵਿਦਿਅਕ ਖੇਤਰ ਦੇ ਵਿੱਚ ਖੋਜ ਹੋ ਰਹੀ ਉੱਥੇ ਵੀ ਗਵਰਨਮੈਂਟਸ ਵੀ ਯੂਜ਼ ਕਰ ਰਹੀਆਂ ਨੇ तो बाकी जे अलग अलग कामा धंधे ना लोग जुड़े जिमें कारपोरेट्स ने इंडिविजुअल ने प्रोफेनल्स ने चिल्ड्रन स्कूल्स इंस्टीट्यूट्स एक्सैट्रा इट मे बी रिमैम्बर दैट कंप्यूटर इज नॉट लोकेटड एट अ सिंगल साइट नॉट कंट्रोल्ड बाय एनी सेंट्रल अथॉरिटी उन्हें किसी भी सेंट्रल अथॉरिटी द्वारा कंट्रोल नहीं किए जाते द नैटवर्किंग इन द इंटरट आर नॉट डायरैक्टली कनैक्ट but interconnected the ability to graphically assess internet resources throughout the web is the primary reason for the phenomenal growth of the internet in the early days most people just used the internet to search the information hun pehle time de vich jehde lok si oh kali information nu search karan de layi ਇੰਟਰਨੈਟ ਦੀ ਵਰਤੋਂ ਕਰਦੇ ਸੀ ਟੁਡੇਜ਼ ਇੰਟਰਨੈਟ ਇਜ਼ ਅ ਕਨਸਟੈਂਟਲੀ ਇਵੋਲਵਿੰਗ ਟੂਲ ਥੈਟ ਨਾਟ ਓਨਲੀ ਕੰਟੇਨਸ ਐਨ ਅਮੇজিং ਵੈਰਾਈਟੀ ਆਫ ਇਨਫੋਰਮੇਸ਼ਨ ਹੁਣ ਇਕੱਲੇ ਸਾਨੂੰ ਇਹ ਇਨਫੋਰਮੇਸ਼ਨ ਹੀ ਨਹੀਂ ਦਿੰਦਾ ਵੱਖ-ਵੱਖ ਤਰ੍ਹਾਂ ਦੀ ਬਟ ਆਲਸੋ ਪ੍ਰੋਵਾਈਡਸ ਨਿਊ ਵੇਜ਼ ਆਫ ਅਸੈਸਿੰਗ ਇੰਟਰੈਕਟਿੰਗ ਐਂਡ ਕਨੈਕਟਿੰਗ ਵਿਦ ਪੀਪਲ ਐਂਡ ਕੰਟੈਂਟ ਹੁਣ ਅਸੀਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੇ ਨਾਲ ਕਿਵੇਂ ਕਨੈਕਟ ਕਰਨਾ ਹੈ ਇੰਟਰੈਕਟ ਕਰਨਾ ਹੈ ਉਹਨਾਂ ਤੱਕ ਪਹੁੰਚ ਕਿਵੇਂ ਕਰਨੀ ਹੈ ਤੇ ਇਸੇ ਤਰੀਕੇ ਨਾਲ ਹੀ ਕੰਟੈਂਟ ਨਾਲ ਸੰਬੰਧਿਤ ਹੈ ਤਾਂ ਇਹ ਸਾਨੂੰ ਨਵੇਂ ਜਿਹੜੇ ਵੱਖਰੇ ਵੱਖਰੇ ਤਰੀਕੇ ਨੇ ਉਹ ਪ੍ਰੋਵਾਈਡ ਕਰਦਾ ਹੈ ਨਾਉ ਯੂਜ਼ ਆਫ ਇੰਟਰਨੈਟ ਇੰਟਰਨੈਟ ਇਜ਼ ਹੈਲਪਫੁਲ ਟੂ ਈਚ ਐਂਡ एवरीवन ਇਨ ਸਮ অর ਮੈਨੀ ਵੇਜ਼ ਹੁਣ ਜਿਹੜਾ ਇੰਟਰਨੈਟ ਹੈ ਉਹ ਸਾਨੂੰ ਸਾਰਿਆਂ ਦੇ ਲਈ ਹੈਲਪਫੁਲ ਹੈ ਕਿਸੇ ਨੂੰ ਕਿਸੇ ਵੇ ਦੇ ਨਾਲ ਹੈ ਤੇ ਕਿਸੇ ਨੂੰ ਕਿਸੇ ਤਰ੍ਹਾਂ ਨਾਲ ਹੈ whether it is a business house or a small company and institution or a hospital or doctor or an engineer a student or a housewife it serves the needs of everyone hun sare hi tarah de vyakti ne jehdiyan eh lohda ne ohna nu pura karda paave ek housewife hai student hai doctor hai engineer hai kise ki tarah da kam karne wala vyakti following are the main uses of internet ਫਸਟ ਇਜ਼ ਸਰਚਿੰਗ ਇਨਫੋਰਮੇਸ਼ਨ ਸਭ ਤੋਂ ਜ਼ਿਆਦਾ ਅਸੀਂ ਕੰਪਿਊਟਰ ਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਹਾਂ ਕਿ ਇਨਫੋਰਮੇਸ਼ਨ ਨੂੰ ਸਰਚ ਕਰਨ ਦੇ ਲਈ ਇੰਟਰਨੈਟ ਇਜ਼ ਵਾਈਡਲੀ ਯੂਜ਼ਡ ਟੂ ਫਾਈਂਡ ਇਨਫੋਰਮੇਸ਼ਨ ਅਬਾਊਟ ਅ ਸਪੈਸਿਫਿਕ ਟਾਪਿਕ ਮੈਨੂਫੈਕਚਰਰਸ ਕੈਨ ਸਰਚ ਫਾਰ ਸਪਲਾਈਅਰਸ ਆਫ ਰੌ ਮਟੀਰੀਅਲ ਹੁਣ ਜਿਹੜੇ ਮੈਨੂਫੈਕਚਰਰਸ ਹੁੰਦੇ ਨੇ ਉਹ ਰੌ ਮਟੀਰੀਅਲ ਸਪਲਾਈ ਕਰਨ ਵਾਲੇ ਕੌਣ ਨੇ ਉਹਨਾਂ ਬਾਰੇ ਸਰਚ ਕਰ ਸਕਦੇ ਨੇ ਸਟੂਡੈਂਟਸ ਕੈਨ ਸਰਚ ਫਾਰ ਗੁੱਡ ਬੁੱਕਸ ਹੁਣ ਜਿਹੜੇ ਸਟੂਡੈਂਟਸ ਨੇ ਉਹ ਚੰਗੀਆਂ ਕਿਤਾਬਾਂ ਬਾਰੇ ਸਰਚ ਕਰ ਸਕਦੇ ਨੇ ਡਾਕਟਰਸ ਕੈਨ ਸਰਚ ਇਨਫੋਰਮੇਸ਼ਨ ਅਬਾਊਟ ਟ੍ਰੀਟਿੰਗ ਅ ਨਿਊ ਡਿਜ਼ੀਜ਼ ਹੁਣ ਜੇਕਰ ਕੋਈ ਜਿਹੜੀ ਨਿਊ ਡਿਜ਼ੀਜ਼ ਪੈਦਾ ਹੋ ਜਾਂਦੀ ਹੈ ਉਹਨੂੰ ਕਿਸ ਤਰੀਕੇ ਨਾਲ ਠੀਕ ਕਰਨਾ ਉਹਦਾ ਇਲਾਜ ਕਿਵੇਂ ਕਰਨਾ ਉਹ ਲੱਭ ਸਕਦੇ ਨੇ ਔਰ ਐਨ ਇੰਜੀਨੀਅਰ ਕੈਨ ਯੂਜ਼ ਇਟ ਟੂ ਫਾਈਂਡ ਡਿਟੇਲਸ ਅਬਾਊਟ ਸਮ ਇੰਜੀਨੀਅਰਿੰਗ ਪ੍ਰੋਜੈਕਟ ਐਂਡ ਸੋ ਔਨ ਮੇ ਜੇ ਡਿਫਰੈਂਟ ਡਿਫਰੈਂਟ professions ਨਾਲ ਜੁੜੇ ਭਾਵੇਂ ਕੋਈ ਕਿਸੇ profession ਨਾਲ ਨਹੀਂ ਜੁੜਿਆ ਜਿਵੇਂ ਕਿ ਅਸੀਂ ਸਟੂਡੈਂਟਸ ਦੀ ਗੱਲ ਕੀਤੀ ਹੈ ਹਾਊਸ ਵਾਈਫ ਦੀ ਗੱਲ ਕੀਤੀ ਹੈ ਤਾਂ ਉਹ ਆਪਣੀਆਂ ਜ਼ਰੂਰਤਾਂ ਦੇ ਅਕੋਰਡਿੰਗ ਜਿਹੜੀ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਉਹ ਸਰਚ ਕਰ ਸਕਦੇ ਨੇ ਸਪੈਸ਼ਲ ਸਾਈਟਸ ਕਾਲਡ ਸਰਚ ਇੰਜਨਸ ਹੁਣ ਜਿਹੜੀਆਂ ਸਪੈਸ਼ਲ ਸਾਈਟਸ ਹੁੰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਰਚ ਇੰਜਨਸ ਆਰ ਯੂਜ਼ਡ ਟੂ ਹੈਲਪ ਯੂਜ਼ਰ ਇਨ ਫਾਈਂਡਿੰਗ ਦਾ ਪਰਟੀਕੂਲਰ ਇਨਫੋਰਮੇਸ਼ਨ ਆਫ ਹਿਸ ਇੰਟਰਸਟ ਜਿਹੜੀਆਂ ਕਿ ਕਿਸੇ ਵੀ ਵਿਅਕਤੀ ਦਾ ਜਿਹੜਾ ਇੰਟਰਸਟ ਹੁੰਦਾ ਉਹਦੇ ਅਕੋਰਡਿੰਗ ਉਹਨੂੰ ਇਨਫੋਰਮੇਸ਼ਨ ਲੱਭ ਕੇ ਦੇਣ ਦੇ ਵਿੱਚ ਉਹਦੀ ਹੈਲਪ ਕਰਦੀਆਂ ਨੇ ਡਿਊ ਟੂ ਥਿਸ ਫੀਚਰ ਇਟ ਇਜ਼ ਕਾਲਡ ਇਨਫੋਰਮੇਸ਼ਨ ਹੌਟਸਪੌਟ ਯੂ ਕੈਨ ਸਰਚ ਇਮੇजेस ਟੈਕਸਟ ਐਨੀਮੇਸ਼ਨ ਮੂਵੀਜ਼ ਸੌਂਗਸ ਐਂਡ ਮੈਨੀ ਮੋਰ ਸੈਕੰਡ ਇਜ਼ ਆਨਲਾਈਨ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਇਜ਼ ਵਨ ਆਫ ਦਾ ਮੇਜਰ ਯੂਸਸ ਆਫ ਦਾ ਇੰਟਰਨੈਟ ਹੁਣ ਅੱਜ ਕੱਲ ਇਹਨੂੰ ਜਿਹੜਾ ਇੰਟਰਨੈਟ ਹੈ ਉਹਨੂੰ ਕਮਿਊਨੀਕੇਸ਼ਨ ਦੇ ਲਈ ਜ਼ਿਆਦਾ ਯੂਜ਼ ਕੀਤਾ ਜਾ ਰਿਹਾ ਹੈ ਬਿਜ਼ਨਸਮੈਨ ਕਮਿਊਨੀਕੇਟ ਵਿਦ देयर ਡਿਸਟੈਂਟ ਬ੍ਰਾਂਚਸ ਬਾਏ ਯੂজিং ਇੰਟਰਨੈਟ ਆਡੀਓ অর ਵੀਡੀਓ ਕਾਨਫਰੈਂਸਸ ਆਰ ਕੰਡਕਟਡ ਬੀਟਵੀਨ ਪੀਪਲ ਸਿਟਿੰਗ ਥਾਊਜ਼ੈਂਡਸ ਆਫ ਕਿਲੋਮੀਟਰਸ ਅਪਾਰਟ ਮੀਨ ਜਿਹੜੇ ਲੋਕ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੁੰਦੇ ਨੇ ਅਸੀਂ ਉਹਨਾਂ ਨਾਲ ਵੀ ਜਿਹੜਾ ਇਹਦੇ ਨਾਲ ਕੰਟੈਕਟ ਆ ਉਹ ਬਣਾ ਸਕਦੇ ਹਾਂ ਗੱਲਬਾਤ ਕਰ ਸਕਦੇ ਹਾਂ ਆਡੀਓ অর ਵੀਡੀਓ ਕਾਨਫਰੈਂਸ ਕੀਤੀ ਜਾ ਸਕਦੀ ਹੈ ਇੰਟਰਨੈਟ ਟੈਲੀਫੋਨ ਇਸ ਆਲਸੋ ਵੈਰੀ ਪਪੂਲਰ ਥੀਸ ਡੇਸ ਹੁਣ ਜਿਹੜੀ ਇੰਟਰਨੈਟ ਤੇ ਗੱਲਬਾਤ ਆ ਉਹ ਵੀ ਕੀਤੀ ਜਾ ਸਕਦੀ ਹੈ ਯੂ ਜਸਟ ਨੀਡ ਟੂ ਇਨਸਟਾਲ ਅ ਮੈਸੇਂਜਰ ਐਪਲੀਕੇਸ਼ਨ ਟੂ ਚੈਟ ਆਨਲਾਈਨ ਇਨ ਸ਼ਾਰਟ ਯੂ ਕੈਨ ਸੈਂਡ ਅ ਲੈਟਰ ਫੈਕਸ ਆਡੀਓ ਫਾਈਲ অর ਵੀਡੀਓ ਕਲਿੱਪ ਥਰੂ ਇੰਟਰਨੈਟ ਮੀਨਸ ਕਿ ਅਸੀਂ ਇੰਟਰਨੈਟ ਦੇ ਜਰੀਏ ਕਾਫੀ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਆ ਉਹ ਦੂਸਰਿਆਂ ਦੇ ਨਾਲ ਸ਼ੇਅਰ ਕਰ ਸਕਦੇ ਹਾਂ ਭਾਵੇਂ ਉਹ ਵਿਅਕਤੀ ਸਾਡੇ ਨਾਲੋਂ ਕਿੰਨੀ ਵੀ ਦੂਰ ਕਿਉਂ ਨਾ ਬੈਠਾ ਹੋਵੇ this rapid form of communication has given a boom to the business and ease to common user. third one is email. electronic email, mail or email is the most used service of the internet. it works at a lightning speed and is delivered to the right place in seconds even if sending and receiving computers are thousands of kilometers apart. ਹੁਣ ਜੇ ਅਸੀਂ ਕਿਸੇ ਨੂੰ ਮੈਸੇਜ ਕਰਨਾ ਹੈ ਜਿਹਦੇ ਵਿੱਚ ਅਸੀਂ ਈਮੇਲ ਨੂੰ ਯੂਜ਼ ਕਰਦੇ ਹਾਂ ਵੀ ਈਮੇਲ ਕਰਨੀ ਹੈ ਤਾਂ ਇਹਦੇ ਵਿੱਚ ਕੋਈ ਅਸੀਂ ਪੀਡੀਐਫ ਯੂਜ਼ ਕਰ ਸਕਦੇ ਹਾਂ ਟੈਕਸਟ ਮੈਸੇਜ ਯੂਜ਼ ਕਰ ਸਕਦੇ ਹਾਂ ਤਾਂ ਭਾਵੇਂ ਕਿੰਨੀ ਹੀ ਦੂਰ ਉਹ ਵਿਅਕਤੀ ਬੈਠਾ ਹੋਵੇ ਕਿੰਨੀ ਹੀ ਦੂਰ ਉਹ ਕੰਪਿਊਟਰ ਪਿਆ ਹੋਵੇ ਯੂਜ਼ ਕਰਨ ਵਾਲਾ ਤਾਂ ਉਹ ਤੱਕ ਜਿਹੜਾ ਮੈਸੇਜ ਆ ਉਹ ਵਿਦਨ ਫਿਊ ਸੈਕੰਡਸ ਪਹੁੰਚ ਜਾਏਗਾ ਇਟ ਇਜ਼ ਵੈਰੀ ਈਜ਼ੀ ਟੂ ਰਾਈਟ ਐਂਡ ਸੈਂਡ ਯੂਜ਼ਰਸ ਕੈਨ ਈਵਨ ਸੈਂਡ देयर ਡਾਕੂਮੈਂਟ ਲਾਈਕ ਇਮੇਜੇਸ ਆਰ text documents as an attachment to the emails many free email service providers are available on the internet among which gmail hotmail rediff mail and yahoo mail are very popular means ਇਹਨਾਂ ਦੇ ਜੇਕਰ ਸਾਡਾ ਅਕਾਊਂਟ ਬਣਿਆ ਹੋਇਆ ਹੈ ਮੇਲ ਆਈਡੀ ਬਣੀ ਵੀ ਹੈ ਤਾਂ ਅਸੀਂ ਉਹਦੇ ਜਰੀਏ ਕਿਸੇ ਵੀ ਵਿਅਕਤੀ ਨਾਲ ਜਿਹੜਾ ਕੰਟੈਕਟ ਆ ਉਹ ਕਰ ਸਕਦੇ ਹਾਂ ਨੈਕਸਟ ਇਜ਼ ਸ਼ੇਅਰਿੰਗ ਆਫ ਇਨਫੋਰਮੇਸ਼ਨ ਅਗਲਾ ਜਿਹੜਾ ਇਹਦਾ ਯੂਜ਼ ਆ ਉਹ ਕੀ ਹੈ ਕਿ ਇਹਨਾਂ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕਦੇ ਹਾਂ ਲਾਰਜ ਕਾਰਪੋਰੇਟ ਹਾਊਸਸ ਲਾਈਕ ਬੈਂਕਸ ਐਂਡ ਮਨੀ ਟ੍ਰਾਂਸਫਰ ਕੰਪਨੀਆਂਜ਼ ਯੂਜ਼ ਇੰਟਰਨੈਟ ਟੂ ਸ਼ੇਅਰ ਗਲੋਬਲ ਇਨਫੋਰਮੇਸ਼ਨ ਅਮੰਗ ਵੇਰੀਅਸ ਬ੍ਰਾਂਚੇਸ ਸਿਚੁਏਟਿਡ 올 ਓਵਰ ਦਾ ਵਰਲਡ ਮੀਨਸ ਪੂਰੇ ਵਰਲਡ ਦੇ ਵਿੱਚ ਜਿੰਨੀਆਂ ਵੀ ਬ੍ਰਾਂਚੇਸ ਹੁੰਦੀਆਂ ਨੇ ਉੱਥੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਤਾਂ ਅਸੀਂ ਕੰਪਿਊਟਰ ਤਾਂ ਅਸੀਂ ਇੰਟਰਨੈਟ ਦੇ ਜ਼ਰੀਏ ਕਰ ਸਕਦੇ ਹਾਂ for example a us citizen having a credit card travels to india singapore and then to australia ਹੁਣ ਜੇਕਰ ਕੋਈ ਵੀ ਕਿਸੇ ਵੀ ਹੋਰ ਕੰਟਰੀ ਦਾ ਸਿਟੀਜ਼ਨ ਕਿਸੇ ਹੋਰ ਕੰਟਰੀਜ਼ ਦੇ ਵਿੱਚ ਹੋ ਟਰੈਵਲ ਕਰ ਰਿਹਾ ਹੈ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਉਹਨਾਂ ਨਹੀਂ ਆਏਗੀ ਵਾਈਲ ਹੀ ਇਜ਼ ਟਰੈਵਲਿੰਗ ਹਿਸ ਕ੍ਰੈਡਿਟ ਕਾਰਡ ਰਿਕਾਰਡਸ ਹਰ ਅਪਡੇਟਡ ਇਨ ਦਾ ਬੈਂਕ ਸਰਵਰ ਇਨ ਯੂ ਐਸ ਵੈਨ ਹੀ ਪਰਫਾਰਮਸ ਐਨੀ ਟ੍ਰਾਂਜੈਕਸ਼ਨ or uses atm machines from any part of the world dear students this video is video is Sirf in nahi thanks for watching